ਆਪਣਾ ਕੰਮ ਕਰ ਰਹੇ ਹਾਂ ਤੇ ਗੁਰੂ ਨੇ ਜਿਹੜੀ ਕੀ ਆ ਸੇਵਾ ਲੈਣੀ ਆ, ਗੁਰੂ ਆਪਣੇ ਆਪ ਲੈ ਰਿਹਾ। ਲੋਕ ਦੁਨੀਆਂ ਜਿਹੜੀ ਆ ਦੋ ਧਾਰੀ ਤਲਵਾਰ ਹੈ, ਬਖਸ਼ ਦੀ ਕਿਸੇ ਪਾਸੇ ਨਹੀਂ ਤੇ ਇਸੇ ਕਰਕੇ ਪ੍ਰਵਾਹ ਵੀ ਕਿਸੇ ਦੀ ਨਹੀਂ। ਤੇ ਸਾਨੂੰ ਕਿਸੇ ਨੂੰ ਜਵਾਬਦੇਹੀ ਦੀ ਵੀ ਲੋੜ ਨਹੀਂ, ਅਸੀਂ ਆਪਣੇ ਆਪ ਦੇ ਵਿੱਚ ਹੈਗੇ ਹਾਂ। ਵੱਡੀ ਗੱਲ ਇਹ ਆ ਕਿ ਇਸ ਮੋਰਚੇ ਦੇ ਵਿੱਚ ਨਾ ਖੂਬਸੂਰਤੀ ਇਹਦੀ ਇਹ ਆ ਕਿ ਇਹ 'ਚ ਕੋਈ ਆਗੂ ਨਹੀਂ ਹੈ, ਕੋਈ ਚਿਹਰਾ ਆਗੂ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨ ਕੇ ਤੁਰੇ ਹੋਏ ਆ। ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਲਗਾਤਾਰ ਮੌਜੂਦ ਆ। ਇਸ ਮੋਰਚੇ ਦੇ ਵਿੱਚ ਹਰ ਰੋਜ਼ ਨਵੀਂ ਰੂਪ ਰੇਖਾ ਬਣਦੀ ਹੈ, ਕਿਉਂਕਿ ਜਿਵੇਂ ਜਿਵੇਂ ਮੋਰਚਾ ਜਵਾਨ ਹੁੰਦਾ ਹੈ ਤਾਂ ਨਵੀਆਂ ਨਵੀਆਂ ਰੂਪ ਰੇਖਾਵਾਂ ਬਣਾਉਣੀਆਂ ਪੈ ਰਹੀਆਂ ਨੇ। ਜਿਵੇਂ ਜਿਵੇਂ ਮੋਰਚੇ 'ਚ ਇਕੱਠ ਵਧੇਗਾ, ਮੋਰਚਾ ਵੱਡਾ ਹੋਏਗਾ, ਉਵੇਂ ਉਵੇਂ ਨਵੀਆਂ ਤਕਨੀਕਾਂ ਦੇ ਨਾਲ ਨਵੀਆਂ ਰੂਪ ਰੇਖਾਵਾਂ ਜਿਹੜੀਆਂ ਉਹ ਬਣਾਉਣੀਆਂ ਜ਼ਰੂਰੀ ਨੇ। ਬਾਈ ਜੀ ਮੌਜੂਦ ਨੇ, ਬਾਈ ਲਗਾਤਾਰ ਜਿਵੇਂ ਪਹਿਲੇ ਦਿਨ ਤੋਂ ਮੋਰਚਾ ਚੱਲਿਆ ਅਤੇ ਅੱਜ ਤੱਕ ਕਈ ਤਰ੍ਹਾਂ ਦੇ ਤੁਹਾਨੂੰ ਫੇਰ ਬਦਲ ਕਰਨੇ ਪਏ, ਬੇਸ਼ੱਕ ਟ੍ਰੈਫਿਕ ਨੂੰ ਲੈ ਕੇ ਹੋਵੇ ਜਾਂ ਸਟੇਜ ਸੰਚਾਲਨ ਨੂੰ ਲੈ ਕੇ ਹੋਵੇ, ਲਗਾਤਾਰ ਕਿਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਨੇ ਹੁਣ ਚੱਲਦੀਆਂ ਨੇ? ਗਤੀਵਿਧੀਆਂ ਤਾਂ ਬਾਈ ਜੀ ਇਹ ਹੈ ਕਿ ਜਿਸ ਤਰ੍ਹਾਂ ਮਾਂ ਕੇ ਸਤਿਬੁੱਧੀ ਮਾਂ ਕੇ ਦੰਦਾ ਪਰਮਾਤਮਾ, ਉਵੇਂ ਕੀ ਆ ਸਾਰੇ ਭਰਾ ਲੱਗੇ ਹੋਏ ਨੇ। ਵੱਡੀ ਗੱਲ ਇਹ ਹੈ ਕਿ ਇਸ ਮੋਰਚੇ ਦੇ ਵਿੱਚ ਨਾ ਖੂਬਸੂਰਤੀ ਇਹਦੀ ਇਹ ਆ ਕਿ ਇਹ 'ਚ ਕੋਈ ਆਗੂ ਨਹੀਂ ਹੈ, ਕੋਈ ਚਿਹਰਾ ਆਗੂ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨ ਕੇ ਤੁਰੇ ਹੋਏ ਆ। ਅਤੇ ਜਿਵੇਂ ਜਿਵੇਂ ਉਹ ਸੇਧ ਦਿੰਦੇ ਆ ਅਤੇ ਸੰਗਤ ਸਾਥ ਦਿੰਦੀ ਆ, ਉਸੇ ਤਰੀਕੇ ਨਾਲ ਮੈਨੇਜਮੈਂਟ ਹੋ ਰਹੀ ਆ। ਅਤੇ ਹਰ ਚੀਜ਼ ਦੀ ਇੱਥੇ ਕੀ ਆ ਘਾਟ ਸੰਗਤ ਨੇ ਕਿਸੇ ਚੀਜ਼ ਦੀ ਛੱਡੀ ਨਹੀਂ, ਪਰ ਜਿਵੇਂ ਜਿਵੇਂ ਕਿ ਆ ਸੰਗਤ ਵੱਧਦੀ ਆ, ਜਿਵੇਂ ਕੱਲ੍ਹ ਤੋਂ ਲੈ ਕੇ ਲਗਾਤਾਰ ਫਿਰ ਜੱਥੇ ਆਉਣੇ ਸ਼ੁਰੂ ਹੋ ਜਾਣੇ ਆ, ਉਹਨਾਂ ਵਾਸਤੇ ਪ੍ਰਬੰਧ ਵੀ ਉਸ ਤਰੀਕੇ ਦਾ ਹੋਊਗਾ। ਪਹਿਲਾਂ ਕਿਉਂਕਿ ਅਸੀਂ ਸਿਰਫ ਕੀ ਇਹ ਚੌਂਕ ਤੋਂ ਅੱਗੇ ਬਾਈਪਾਸ ਚੌਂਕ ਤੋਂ ਅੱਗੇ ਅੱਗੇ ਧਰਨਾ ਸੋਚਿਆ ਸੀ, ਪਰ ਹੁਣ ਸੰਗਤ ਇੰਨੀ ਵੱਡੀ ਗਿਣਤੀ 'ਚ ਆ ਰਹੀ ਆ, ਸਾਨੂੰ ਟ੍ਰੈਫਿਕ ਕਰਕੇ ਵੀ ਲੋਕਾਂ ਨੂੰ ਦਿੱਕਤ ਨਾ ਆਵੇ, ਕੁਝ ਥਾਵਾਂ ਤੋਂ ਬੰਦ ਵੀ ਕਰਵਾਇਆ ਗਿਆ ਰਸਤਾ ਜਿਹੜਾ ਹੈਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਕੌਮ ਦੇ ਵਿੱਚ ਆਵਾਜ਼ ਪਹੁੰਚਣੀ ਆ ਤਾਂ ਇੱਥੇ ਸੰਗਤ ਨੇ ਇੰਨਾ ਕੁ ਹੜ ਆ ਜਾਣਾ, ਜਿਹੜੇ ਹਿਸਾਬ 'ਤੇ ਸਾਨੂੰ 26 ਜਨਵਰੀ ਨੂੰ ਹੁਲਾਰਾ ਮਿਲਿਆ ਇਸ ਮਾਕੇ ਮੋਰਚੇ ਨੂੰ, ਤਾਂ ਉਸ ਹਿਸਾਬ ਨਾਲ ਲੱਗਦਾ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਆ ਜਾਣਾ। ਅਤੇ ਬਾਕੀ ਸੰਗਤ ਨੂੰ ਕੀ ਹੈ, ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਇਸ ਮੋਰਚੇ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰ ਰਹੇ ਆ। ਪ੍ਰਗਟ ਗੁਰਾਂ ਕੀ ਦੇ ਅੱਜ ਤੱਕ ਅਸੀਂ ਕਹਿੰਦੇ ਸੀ ਪਰ ਮੰਨਦੇ ਨਹੀਂ ਸੀ, ਪਰ ਇਸ ਮੋਰਚੇ ਦੇ ਵਿੱਚ ਲੋਕ ਮੰਨ ਵੀ ਰਹੇ ਆ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੇ ਆ। ਬਈ ਤੁਹਾਡੇ 'ਤੇ ਨਿੱਜੀ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਬਹੁਤ ਹੁੰਦੀਆਂ ਨੇ ਤੁਹਾਡੇ, ਖਾਸ ਕਰਕੇ ਜਦੋਂ ਤੁਸੀਂ ਪਹਿਲਾਂ ਸੀ ਅਤੇ ਹੁਣ ਪਰਨਾ ਬੰਨ੍ਹ ਕੇ ਆਏ ਹੋ, ਬਹੁਤ ਜਾਣੇ ਨੇ ਤੁਹਾਡੇ 'ਤੇ ਸਵਾਲ ਚੁੱਕੇ, ਕਹਿੰਦੇ ਕਿ ਇੱਥੇ ਪਰਨਾ ਬੰਨ੍ਹ ਕੇ ਜਿਹੜੇ ਆਏ ਨੇ ਵੀ ਇਨਡਾਇਰੈਕਟਲੀ ਤੁਹਾਡੇ 'ਤੇ ਹੋਰ ਅਟੈਕ ਕਰਦੇ ਨੇ, ਇਸ ਚੀਜ਼ 'ਤੇ ਜਵਾਬ ਦਿਓ। ਮੈਂ ਸੰਗਤ ਨੂੰ ਇੱਕ ਦੱਸਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਮੈਂ ਮੋਰਚੇ ਦੇ ਵਿੱਚ 7 ਤਰੀਕ ਤੋਂ ਨਹੀਂ ਆਇਆ, ਅਸਲ 'ਚ ਭਾਈ ਸਾਹਿਬ ਨੇ ਨਿੱਜੀ ਤੌਰ 'ਤੇ ਸਾਨੂੰ ਜਿਹੜੇ ਸੁਨੇਹੇ ਲੱਗੇ ਸੀ ਉਹ 'ਚ 10 ਨੂੰ ਵੀ ਕੀ ਆ ਹੁਕਮ ਲਾਇਆ ਸੀ ਭਾਈ ਸਾਹਿਬ ਨੇ। ਲਗਾਤਾਰ 4 ਮਹੀਨੇ ਪੰਜਾਬ ਦੇ ਹਰ ਸਿੱਖ ਆਗੂ ਕੋਲ ਵੀ ਅਸੀਂ ਟੀਮ ਬਣਾ ਕੇ ਜਾਂਦੇ ਰਹੇ ਹਾਂ। ਕਈ ਬੰਦੇ ਸੋਚਦੇ ਆ ਕਿ ਉਸ ਦਿਨ ਮੈਂ ਅੱਜ ਤੱਕ ਸਟੇਜ 'ਤੇ ਕਦੇ ਬੋਲਿਆ ਨਹੀਂ, ਜਦੋਂ ਧਾਮੀ ਸਾਹਿਬ ਆਏ ਤਾਂ ਮਜਬੂਰੀ 'ਚ ਮੈਨੂੰ ਉਸ ਦਿਨ ਬੋਲਣਾ ਪੈਣੀ, ਅੱਜ ਤੱਕ ਮੈਂ ਕਦੇ ਉੱਥੇ ਕੋਈ ਸ਼ਬਦ ਸਾਂਝੇ ਨਹੀਂ ਕੀਤੇ, ਕਿਉਂਕਿ ਸਾਡੀ ਸੇਵਾ ਜਿਹੜੀ ਲਾਈ ਅਸੀਂ ਉਹ ਸੇਵਾ ਕਰ ਰਹੇ ਹਾਂ। ਬਾਕੀ 7 ਤਰੀਕ ਤੋਂ ਲਗਾਤਾਰ ਜਿਹੜਾ ਮੈਂ ਕਿਤੇ ਕੰਮ 'ਤੇ ਲੱਗੇ ਹੋਏ ਹਾਂ। ਸਾਡਾ ਕੰਮ ਕੀ ਆ, ਸੰਗਤ ਨੂੰ ਕੀ ਆ ਮੈਨੇਜ ਕਰਨਾ ਇਸ ਮੋਰਚੇ ਦੇ ਵਿੱਚ। ਭਾਈ ਸਾਹਿਬ ਨੇ ਸਾਨੂੰ ਇੱਕੋ ਹੀ ਹੁਕਮ ਲਾਇਆ, ਅਸੀਂ ਉਸੇ ਤਰੀਕੇ ਨਾਲ ਕੰਮ ਕਰ ਰਹੇ ਹਾਂ। ਜਿਹੜੀਆਂ ਨਿੱਜੀ ਟਿੱਪਣੀਆਂ ਲੋਕ ਲੱਖ ਕਰਨ, ਅਸੀਂ ਅੰਦਰੋਂ ਮੈਂ ਕਿਹਾ ਆਪਦੀ ਜਿਹੜੀ ਮਨ ਦੀ ਆਵਾਜ਼ ਆ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਟਿੱਪਣੀ ਦਾ ਮੈਂ ਕਦੇ ਜਵਾਬ ਅੱਜ ਤੱਕ ਨਹੀਂ ਦਿੱਤਾ, ਨਾ ਸੋਸ਼ਲ ਮੀਡੀਆ 'ਤੇ ਦਿੱਤਾ। ਆਪਣਾ ਕੰਮ ਕਰ ਰਹੇ ਹਾਂ ਅਤੇ ਗੁਰੂ ਨੇ ਜਿਹੜੀ ਕੀ ਆ ਸੇਵਾ ਲੈਣੀ ਆ, ਗੁਰੂ ਆਪਣੇ ਆਪ ਲੈ ਰਿਹਾ। ਬਾਕੀ ਜਿਹੜੀ ਗੱਲ ਪਰਨੇ ਦੀ ਗੱਲ ਆ, ਤਾਂ ਉਹ ਮੈਂ ਕਹਿਣਾ ਕਿ ਜੇ ਪਰਮਾਤਮਾ ਬੰਦਾ ਲੋਕ ਦੁਨੀਆਂ ਜਿਹੜੀ ਆ ਦੋ ਧਾਰੀ ਤਲਵਾਰ ਹੈ, ਬਖਸ਼ ਦੀ ਕਿਸੇ ਪਾਸੇ ਨਹੀਂ ਅਤੇ ਇਸੇ ਕਰਕੇ ਪ੍ਰਵਾਹ ਵੀ ਕਿਸੇ ਦੀ ਨਹੀਂ, ਅਤੇ ਸਾਨੂੰ ਕਿਸੇ ਨੂੰ ਜਵਾਬਦੇਹੀ ਦੀ ਵੀ ਲੋੜ ਨਹੀਂ, ਅਸੀਂ ਆਪਣੇ ਆਪ ਦੇ ਵਿੱਚ ਹੈਗੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਭਰਾ ਨੂੰ ਕੋਈ ਦਿੱਕਤ ਹੈਗੀ ਇੱਕ ਵਾਰੀ ਮੋਰਚੇ 'ਚ ਆ ਜਾਏ, ਜੇਕਰ ਸਾਡੇ ਨਾਲੋਂ ਕੋਈ ਵੀ ਭਰਾ ਮਾ ਕੇ ਇੱਥੇ ਵੱਧ ਚੜ੍ਹ ਕੇ ਕੰਮ ਕਰੇ, ਅਸੀਂ ਹਰੇਕ ਦੀ ਅਗਵਾਈ 'ਚ ਵੀ ਕੰਮ ਕਰਨ ਨੂੰ ਤਿਆਰ ਹਾਂ। ਤਾਂ ਅਸੀਂ ਸੱਦਾ ਦਿੰਦੇ ਹਾਂ ਜਿਹੜੇ ਭਰਾ ਵੀ ਇੱਥੇ ਆਉਣਾ ਚਾਹੁੰਦੇ ਆ, ਕੰਮ ਕਰਨਾ ਚਾਹੁੰਦੇ ਆ, ਇੱਥੇ ਕੋਈ ਰੁਪਿੰਦਰ ਦੀ ਆਈਡੈਂਟੀ ਨਹੀਂ, ਨਾ ਕਿਸੇ ਹੋਰ ਬੰਦੇ ਦੀ ਆਈਡੈਂਟੀ ਆ, ਇੱਥੇ ਗੁਰੂ ਮਹਾਰਾਜ ਤੋਂ ਬਿਨਾਂ ਕਿਸੇ ਬੰਦੇ ਨੂੰ ਵੀ ਕੀ ਆ ਅਸੀਂ ਆਗੂ ਨਹੀਂ ਮੰਨਦੇ।
ਤੇ ਸੰਗਤ ਨੂੰ ਵੀ ਇਹੀ ਕਹਿਣੇ ਆ ਕਿ ਆਪਾਂ ਤਾਂ ਮਜ਼ਬੂਤ ਰਹਿਣਾ, ਜੇਕਰ ਕੋਈ ਅਗਵਾਈ ਕਰਨ ਵਾਲਾ ਬੰਦਾ ਸਾਨੂੰ ਮਿਸਗਾਈਡ ਕਰਦਾ, ਕਿਉਂਕਿ ਲੋਕ ਲਾਈਨ ਖਿੱਚ ਕੇ ਬੈਠੇ ਆ ਇੱਥੇ, ਤੇ ਲਾਈਨ ਖਿੱਚ ਕੇ ਬੈਠਣ ਦਾ ਮਤਲਬ ਇਹੀ ਆ ਕਿ ਜੇ ਮੁੱਦੇ ਹੱਲ ਹੋਣਗੇ ਤਾਂ ਲੋਕ ਜਾਣਗੇ, ਨਹੀਂ ਲੋਕ ਬੈਠੇ ਆ। ਇਸ ਕਰਕੇ ਕੋਈ ਵੀ ਜਿਹੜਾ ਆਗੂ ਆ, ਜਿਹੜਾ ਮੈਂ ਕਿ ਤੁਹਾਨੂੰ ਲੱਗਦਾ ਕਿ ਇੱਥੇ ਕੋਈ ਸਾਨੂੰ ਖਰਾਬ ਨਹੀਂ ਕਰ ਸਕਦਾ, ਇਸ ਕਰਕੇ ਬੇਝਿਜਕ ਹੋ ਕੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਆ ਤਾਂ ਇਸ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਸੰਗਤ ਸ਼ਾਮਲ ਹੋਵੋ। ਸੋ ਬਾਈ ਰੁਪਿੰਦਰ ਹੋਣਾ ਨੇ ਜਿਹੜੀਆਂ ਸੋਸ਼ਲ ਮੀਡੀਆ ਦੀ ਟਿੱਪਣੀਆਂ ਉਹਨਾਂ ਦੀ ਵੀ ਜਵਾਬ ਦਿੱਤਾ ਕਿ ਇਸ ਮੋਰਚੇ ਦੀ ਮਜ਼ਬੂਤੀ ਲਈ ਜੇਕਰ ਕੋਈ ਵੀ ਇੱਥੇ ਕੰਮ ਕਰਨਾ ਚਾਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਲੱਗ ਕੇ ਕੰਮ ਕਰਨ ਨੂੰ ਜਿਹੜਾ ਉਹ ਤਿਆਰ ਆ। ਸੋ ਇਸ ਮੋਰਚੇ ਦੀ ਖੂਬਸੂਰਤੀ ਹੈ ਕਿ ਇਸ ਮੋਰਚੇ ਦਾ ਕੋਈ ਆਗੂ ਨਹੀਂ ਹੈ, ਸਿਰਫ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਹਰ ਕੋਈ ਇੱਥੇ ਜਿਹੜਾ ਆਪਣੇ ਪੱਧਰ ਦੇ ਉੱਤੇ ਕੰਮ ਜਿਹੜੀ ਸੇਵਾ ਜਿਹੜਾ ਕਰ ਸਕਦਾ ਉਹ ਨਿਭਾ ਰਿਹਾ। ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ, ਮੋਰਚਾ।